ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਹੋਏ ਸਾਊਥ ਫਿਲਮ ਫੈਸਟੀਵਲ ਦੇ ਵਿੱਚ ਆਪਣੀ ਸ਼ਾਰਟ ਫਿਲਮ ਨੂੰ ਪੁਰਸਕਾਰ ਮਿਲਣ ਤੇ ਅਦਾਕਾਰ ਮਨਜੋਤ ਸਿੰਘ ਬਾਗੋ-ਬਾਗ ਹਨ। ਮਨਜੋਤ ਸਿੰਘ ਦੀ ਫਿਲਮ ਡ੍ਰੀਮ ਵਨ ਹਾਲ ਹੀ ਵਿੱਚ ਹੋਏ ਇਸ ਫਿਲਮ ਫੈਸਟੀਵਲ ਵਿੱਚ ਬਿਹਤਰੀਨ ਸ਼ਾਰਟ ਫਿਲਮ ਹੋਣ ਦਾ ਐਵਾਰਡ ਆਪਣੇ ਨਾਮ ਕਰ ਚੁੱਕੀ ਹੈ। ਇਸ ਫਿਲਮ ਵਿੱਚ ਉਸਨੇ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ ਦਾ ਕਿਰਦਾਰ ਅਦਾ ਕੀਤਾ ਹੈ ਜੋ ਅਦਾਕਾਰ ਬਣਨ ਦੇ ਲਈ ਦੌੜ ਭੱਜ ਕਰ ਰਿਹਾ ਤੇ ਸਿੱਖ ਹੋਣ ਕਾਰਨ ਉਸਨੂੰ ਪੈਰ ਜਮਾਉਣ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਅਦਾਕਾਰ ਮਨਜੋਤ ਸਿੰਘ ਦੱਸਦੇ ਹਨ ਕਿ ਉਹਨਾਂ ਨੂੰ ਡਾਇਰੈਕਟਰ ਵਰੁਣ ਸਿਹਾਗ ਦਾ ਫੋਨ ਆਇਆ ਤੇ ਉਹਨਾਂ ਨੇ ਉਹਨਾਂ ਨੂੰ ਫਿਲਮ ਦੀ ਕਹਾਣੀ ਸੁਣਾਈ। ਕਹਾਣੀ ਆਪਣੀ ਜ਼ਿੰਦਗੀ ਨਾਲ ਰਲਦੀ ਮਿਲਦੀ ਲੱਗੀ ਅਤੇ ਮੈਂ ਇਸ ਵਿੱਚ ਕੰਮ ਕਰਨ ਦੇ ਲਈ ਹਾਮੀ ਭਰ ਦਿੱਤੀ। ਖੁਸ਼ਕਿਸਮਤੀ ਨਾਲ ਇਸ ਫਿਲਮ ਨੂੰ ਪੁਰਸਕਾਰ ਮਿਲ ਗਿਆ। ਮੈਂ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਇਸ ਤੋਂ ਇਲਾਵਾ ਮਨਜੋਤ ਸਿੰਘ ਨੇ ਕਿਹਾ ਹੈ ਕਿ ਬਹੁਤੇ ਸਿੱਖ ਅਦਾਕਾਰਾਂ ਨੂੰ ਹਾਸਰਾਸ ਭਰਪੂਰ ਭੂਮਿਕਾਵਾਂ ਨਿਭਾਉਣ ਲਈ ਹੀ ਪੇਸ਼ਕਸ਼ ਕੀਤੀ ਜਾਂਦੀ ਹੈ। ਦੱਸ ਦਈਏ ਕਿ ਮਨਜੋਤ ਸਿੰਘ ਨੇ ਡਾਇਰੈਕਟਰ ਦਿਵਾਕਰ ਬੈਨਰਜੀ ਦੀ ਫਿਲਮ ਓਏ ਲੱਕੀ ਲੱਕੀ ਓਏ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਕੀ ਮਿਲਾ ਬਰਥਡੇ ਤੇ? ਇਹ ਪਾਪਾ ਨੇ ਦਿਆ। ਤੁਹਾਡੇ ਪਾਪਾ ਕੀ ਕਰਦੇ ਹਨ? ਉਹ ਆਪਣਾ ਇੰਪੋਰਟ ਐਕਸਪੋਰਟ, ਮਤਲਬ ਯਹਾਂ ਸੇ ਮੂੰਗਫਲੀ ਲੈ ਜਾਂਦੇ ਹਨ, ਵਹਾਂ ਸੇ ਬਦਾਮ ਲੈ ਆਤੇ ਹਨ। ਮਨਜੋਤ ਸਿੰਘ ਨੇ ਇਸ ਤੋਂ ਪਹਿਲਾਂ ਕਦੇ ਵੀ ਐਕਟਿੰਗ ਨਹੀਂ ਕੀਤੀ ਸੀ ਅਤੇ ਕਾਸਟਿੰਗ ਡਾਇਰੈਕਟਰ ਨੇ ਉਹਨਾਂ ਨੂੰ ਆਡੀਸ਼ਨ ਤੋਂ ਬਾਅਦ ਰਿਜੈਕਟ ਕਰ ਦਿੱਤਾ ਸੀ, ਪਰ ਡਾਇਰੈਕਟਰ ਦਿਵਾਕਰ ਬੈਨਰਜੀ ਨੇ ਫਿਲਮ ਵਿੱਚ ਮਨਜੋਤ ਸਿੰਘ ਨੂੰ ਲੈਣ ਦਾ ਮਨ ਬਣਾ ਲਿਆ। ਓਏ ਲੱਕੀ ਲੱਕੀ ਓਏ ਫਿਲਮ ਲਈ ਮਨਜੋਤ ਸਿੰਘ ਨੇ ਸਖਤ ਮਿਹਨਤ ਕੀਤੀ ਅਤੇ ਜਦੋਂ ਫਿਲਮ ਰਿਲੀਜ਼ ਹੋਈ ਤਾਂ ਮਨਜੋਤ ਸਿੰਘ ਦੇ ਕੰਮ ਦੀ ਖੂਬ ਸ਼ਲਾਘਾ ਹੋਈ। ਇਸੇ ਫਿਲਮ ਵਿੱਚ ਉਹਨਾਂ ਦੀ ਚੰਗੀ ਅਦਾਕਾਰੀ ਦੀ ਬਦੌਲਤ ਉਹਨਾਂ ਨੂੰ ਬੈਸਟ ਡੈਬਿਊ ਐਕਟਰ ਦਾ ਫਿਲਮ ਫੇਅਰ ਕ੍ਰਿਟਿਕਸ ਐਵਾਰਡ ਵੀ ਮਿਲਿਆ। ਇਸ ਤੋਂ ਬਾਅਦ ਮਨਜੋਤ ਸਿੰਘ ਦੀ ਝੋਲੀ ਵਿੱਚ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਆਈਆਂ ਅਤੇ ਇਹਨਾਂ ਫਿਲਮਾਂ ਦੀ ਬਦੌਲਤ ਬਾਲੀਵੁੱਡ ਵਿੱਚ ਉਸਦਾ ਹੁਣ ਚੰਗਾ ਨਾਂ ਬਣ ਗਿਆ ਹੈ। ਤਾਂ ਦੱਸ ਦਈਏ ਕਿ ਹੁਣ ਤੱਕ ਮਨਜੋਤ ਸਿੰਘ ਆਪਣੇ ਸਿੱਖੀ ਸਰੂਪ ਯਾਨੀ ਕਿ ਦਸਤਾਰ ਸਜਾ ਕੇ ਉਡਾਨ, ਸਟੂਡੈਂਟ ਆਫ ਦੀ ਈਅਰ 2, ਜਬ ਹੈਰੀ ਮੇਟ ਸੇਜਲ ਸਮੇਤ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਹਨ। ਅਗਰ ਤੁਸੀਂ ਹਾਊਸ ਵਾਈਫ ਹੋ ਜਾਂ ਆਲਰੇਡੀ ਟੀਚਿੰਗ ਪ੍ਰੋਫੈਸ਼ਨ ਵਿੱਚ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ। ਅਬੈਕਸ ਸਾਇੰਸ ਅਕੈਡਮੀ ਕੋਈ ਵੀ ਰਾਇਲਟੀ ਚਾਰਜ ਨਹੀਂ ਕਰਦਾ ਤੇ ਇੱਕ ਬਹੁਤ ਹੀ ਮਿਨੀਮਮ ਫੀ ਪੇ ਕਰਕੇ ਤੁਸੀਂ ਐਜ਼ ਅ ਫਰੈਂਚਾਈਜ਼ ਸਾਨੂੰ ਜੁਆਇਨ ਕਰ ਸਕਦੇ ਹੋ ਤੇ ਪਰ ਮੰਥ ਅਰਾਊਂਡ 25 to 50,000 ਅਰਨ ਕਰ ਸਕਦੇ ਹੋ। ਅਬੈਕਸ ਸਾਇੰਸ ਅਕੈਡਮੀ ਪਿਛਲੇ 12 ਸਾਲ ਤੋਂ ਟੀਚਰਸ ਨੂੰ ਅਬੈਕਸ ਦੀ ਟ੍ਰੇਨਿੰਗ ਦੇ ਰਿਹਾ ਹੈ ਤੇ ਸਾਡੇ ਬੱਚੇ ਅਰਾਊਂਡ 112 ਵਰਲਡ ਤੇ ਨੈਸ਼ਨਲ ਰਿਕਾਰਡ ਬਣਾ ਕੇ ਆਪਣਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਚੁੱਕੇ ਨੇ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।